ਕਾਫੀ ਜ਼ਿਆਦਾ ਮੰਜ਼ਿਲਾਂ 'ਤੇ ਜਾਣ ਦਾ ਮੌਕਾ ਮਿਲਦਾ ਤਾਂ ਮੇਰੇ ਖਿਆਲ ਮੈਂ ਕਦੇ 15 ਤੋਂ 20 ਮਿੰਟ ਤੱਕ ਕਿਸੇ ਫੰਕਸ਼ਨ 'ਤੇ ਨਹੀਂ ਬੈਠਾ। ਮੈਂ ਦੀਪਕ ਹਰਸ ਜੀ ਦੀ ਤਾਰੀਫ ਕਰਨਾ ਚਾਹੁੰਦਾ ਇੱਥੇ, ਇਹਨਾਂ ਦੀ ਕਲਾਕਾਰੀ, ਇਹਨਾਂ ਦੀ ਸਿੰਗਿੰਗ ਤੋਂ ਮੈਂ ਇੰਨਾ ਕੁ ਪ੍ਰਭਾਵਿਤ ਹੋਇਆ ਕਿ ਮੈਨੂੰ ਹੁਣ ਤੱਕ ਜਿਹੜਾ ਮੈਂ ਬੈਠਾ ਕਿ ਸਰ ਮੈਂ ਸੰਸਾਰ ਦੀ ਗਾਇਕੀ ਦੇ ਅਦਾ ਇਹਦੀ ਗਾਇਕੀ ਤੋਂ ਵਿਦਾ ਹੋ ਕੇ ਮੈਨੂੰ ਇੰਨਾ ਇਸ ਸੰਗਤ ਵਿੱਚ ਵਿਚਰਨ ਦਾ ਵਾ, ਇਹਨਾਂ ਦੀ ਗਾਇਕੀ ਦੇ ਕਾਰਨ ਇਹ ਮੌਕਾ ਮਿਲਿਆ ਜੀ ਗਾਇਣ ਦੀ ਕਰਨ ਦੇ। ਬਾਕੀ ਸਾਰੀਆਂ ਸੰਸਾਰ ਨੇ ਬੜੇ ਧਿਆਨ ਨਾਲ ਇਹਨਾਂ ਦੀ ਸੁਣਿਆ, ਪਰਮਾਤਮਾ ਸੱਚੇ ਪਾਤਸ਼ਾਹ ਜੀ ਦੀ ਦਰਗਾਹ ਵਿੱਚ ਆਇਆ, ਸੱਚੇ ਪਾਤਸ਼ਾਹ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰੇ। ਇਹਦਾ ਹੀ ਕਹਿੰਦਾ ਜਿਨ੍ਹਾਂ ਦਾ ਜੈਕਾਰਾ ਉਹ ਸੱਚੇ ਪਾਤਸ਼ਾਹ ਭਗਵਾਨ ਵਾਲਮੀਕ ਮਹਾਰਾਜ ਦਾ ਉਹਨਾਂ ਦਾ ਜੈਕਾਰਾ ਗਾਉਂਦੇ ਹਾਂ। ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਇੱਥੇ ਮੈਂ ਹੋਰ ਕਹਿਣਾ ਚਾਹੁੰਦਾ ਸੀ, ਅੱਜ ਇੱਥੇ ਆ ਕੇ ਸਾਡੇ ਛੋਟੇ ਵੀਰ ਸਤੀਸ਼ ਬੱਗਾ ਜੀ ਜਿਨ੍ਹਾਂ ਦਾ ਅੱਜ ਬਰਥਡੇ ਆ, ਪਰਮਾਤਮਾ ਨੇ ਇਸ ਦਿਨ ਇਹਨਾਂ ਨੂੰ ਗੋਲੀਆਂ ਦਿਖਾਈਆਂ, ਸੱਚੇ ਪਾਤਸ਼ਾਹ ਨੇ ਇਹਨਾਂ ਦੇ ਘਰ ਖੁਸ਼ੀਆਂ ਲਿਆਈਆਂ ਸੀ। ਅਤੇ ਇਸ ਵੀਰ ਨੂੰ ਵੀ ਮੈਂ ਬੜਾ ਇਹਨਾਂ ਦੇ ਜਨਮ ਦਿਨ ਦੇ ਮੁਬਾਰਕਬਾਦ, ਬਾਕੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋ ਹੈਪੀ ਬਰਥਡੇ ਨੂੰ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਜੀ। ਬਹੁਤ ਖੁਸ਼ੀਆਂ ਵਾਲਾ ਦਿਨ ਹੈ, ਬਹੁਤ ਭਾਗਾਂ ਵਾਲਾ ਦਿਨ ਹੈ। ਪਰ ਸਾਡੇ ਰੈਡੀ ਬੱਗਾ ਜੀ ਬਹੁਤ ਜ਼ਿਆਦਾ ਸਹਿਯੋਗ ਰਹਿੰਦਾ, ਇਹਨਾਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਉਹ ਜ਼ਿਆਦਾ ਸਮਾਂ ਨਹੀਂ ਲੈਣਾ, ਸਮਾਂ ਬੜਾ ਘੱਟ ਹੈ। ਤੋ ਤੁਹਾਡੇ ਸਾਹਮਣੇ ਚੰਦ ਕੁ ਮਿੰਟਾਂ ਦੇ ਵਿੱਚ ਬਾਬਾ ਬੁੱਲੇ ਸ਼ਾਹ ਅਕਾਲ ਪਾਰਟੀ ਸ਼ਾਮ ਫੁਲਵਾੜਾ ਤੋਂ, ਜਿਹਨਾਂ ਦਾ ਤੁਹਾਨੂੰ ਸਭਨੀ ਦੇ ਨਾਲ ਇੰਤਜ਼ਾਰ ਸੀ। ਮੈਂ ਸੰਗਤ ਨੂੰ ਬੇਨਤੀ ਕਰੂੰਗਾ, ਸਾਡੀਆਂ ਭੈਣਾਂ ਨੂੰ, ਸਾਡੇ ਵੀਰਾਂ ਨੂੰ ਕਿ ਤੁਸੀਂ ਕਿਸੇ ਨੇ ਜਾਣਾ ਨਹੀਂ, ਬਸ 2-4 ਮਿੰਟ ਦੇ ਵਿੱਚ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ। ਆਪਾਂ ਸਾਰੇ ਜਾਣੇ ਨੇ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਇਸੇ ਤਰ੍ਹਾਂ ਬੈਠੇ ਰਹਿਣਾ ਹੈ ਜੀ। ਵਾਈਟ ਪ੍ਰੋਡਕਸ਼ਨ ਟੀਮ ਜਿਹੜੀ ਅੱਜ ਦੇ ਇਸ ਅੱਜ ਦੇ ਇਸ ਪ੍ਰੋਗਰਾਮ ਨੂੰ ਲਾਈਵ ਕਰ ਰਹੀ ਹੈ। ਸੋ ਪੂਰੇ ਵਿਸ਼ਵ ਦੇ ਵਿੱਚ ਵਰਲਡ ਵਾਈਡ ਲਾਈਵ ਕਵਰੇਜ ਹੋ ਰਹੀ ਹੈ ਜੀ। ਇਸ ਤੋਂ ਬਾਅਦ ਤੁਸੀਂ ਇਸਦੀ ਰਿਕਾਰਡਿੰਗ ਨੂੰ ਵੀ ਦੇਖ ਸਕਦੇ ਹੋ, ਔਰ ਤੁਸੀਂ ਸਾਰੇ ਜਾਣੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਵਾਈਟ ਪ੍ਰੋਡਕਸ਼ਨ ਦੀ ਟੀਮ ਦੇ ਪੇਜ ਨੂੰ। ਤੁਹਾਡੀ ਸਪੋਰਟ ਦੇ ਨਾਲ ਹੀ ਔਰ ਉਸ ਦੇ ਨਾਲ ਸੰਜੇ ਨੰਬਰ 1 ਸੰਗੀਤ ਪਰਿਵਾਰ ਫਰੋਮ ਦ ਗਰਾਊਂਡ ਤੋਂ ਬਹੁਤ ਅੱਛੀ ਸਾਊਂਡ ਹਰ ਸਾਲ ਸੇਵਾ ਨਿਭਾਉਂਦੇ ਨੇ, ਹਰ ਸਾਲ ਦੇ ਦਾਤਾ ਸਰਕਾਰ ਦੇ ਦਰਬਾਰ ਤੇ ਸੇਵਾ ਨਿਭਾ ਰਹੇ ਨੇ। ਦਾਤਾ ਸਰਕਾਰ ਮੇਜ ਬੜਾ ਹੱਥ ਰੱਖੇ, ਔਰ ਇਸ ਦੇ ਨਾਲ ਹੀ ਬਹੁਤ ਸਾਰਾ ਮਾਣ ਕੀਤਾ ਸਾਡੇ ਪਿੰਡਾਂ ਬਟੁੰਡਾ ਹਾਜੀ ਗਣੀ ਮਹਾਤੂ ਜੀ, ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਇਹਨਾਂ ਦੇ ਵਾਸਤੇ, ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ। ਸੋ ਜਿਵੇਂ ਸੰਗਤ ਬੈਠੀ ਹੈ ਦਰਬਾਰ ਦੇ ਵਿੱਚ, ਦਾਤਾ ਸਰਕਾਰ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰੇ, ਅਸੀਂ ਅਰਦਾਸ ਕਰਦੇ ਹਾਂ ਦਾਤਾ ਸਰਕਾਰ ਦੇ ਚਰਨਾਂ ਦੇ ਵਿੱਚ ਕਿ ਕਿਸੇ ਨੇ ਸੱਚ ਵੇਲੇ ਕਿਹਾ ਕਿ ਫਿਰ ਢਾਈ ਕਲੰਦਰ ਜਾਗੀ ਉੱਤੇ ਗੱਲ ਕਰਾਂ ਮੈਂ ਮਸਤ ਪਤੰਦਰਾਂ ਦੀ, ਹੋਏ ਢਾਈ ਕਲੰਦਰ ਜਾਗੀ ਉੱਤੇ ਗੱਲ ਕਰਾਂ ਮੈਂ ਮਸਤ ਪਤੰਦਰਾਂ ਦੀ, ਜਿੱਥੇ ਜਾ ਕੇ ਮਸਤ ਨੇ ਪੈਰ ਰੱਖਦੇ ਗੱਲ ਹੁੰਦੀ ਹੈ ਉੱਥੇ ਫਿਰ ਅੰਦਰਾਂ ਦੀ, ਆਦਰਾ ਮਾਨੀ ਬੂਟਾ ਲੈ ਦੀ ਸੱਚ ਆਖੇ ਗੱਲ ਮਸਤ ਰੱਖਦੇ ਨੇ ਪਾਵਰ ਇੱਕ ਨੰਬਰਾਂ ਦੀ, ਮਸਤ ਰੱਖਦੇ ਨੇ ਪਾਵਰ ਇੱਕ ਨੰਬਰਾਂ ਦੀ। ਸੋ ਜਗਰਾਵਾ ਸ਼ਹਿਰ ਦੀ ਧਰਤੀ ਤੇ ਇੱਕ ਨੰਬਰ ਦੀ ਪਾਵਰ ਰੱਖਣ ਵਾਲੇ ਸਾਡੇ ਇਸ ਦਰਬਾਰ ਪੀਰ ਬਾਬਾ ਸੈਯਦ ਸਰਕਾਰ ਦਰਬਾਰ ਜੀ, ਜਿਹਨਾਂ ਦਾ ਜੋ ਕਿ ਅੱਜ ਦੇ ਦਰਸ਼ਨ ਇਕਬਾਲ ਬਹੁਤ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਜੀ। ਸੋ ਆਪਾਂ ਜ਼ਿਆਦਾ ਸਮਾਂ ਨਹੀਂ ਲੈਣਾ, ਆਓ ਤੁਹਾਡੇ ਦਰਮਿਆਨ ਹੋ ਗਈ ਖੂਬਸੂਰਤ ਅਕਾਲ ਪਾਰਟੀ ਜਿਹਨਾਂ ਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਤੁਸੀਂ ਸਾਰੇ ਜਾਣਿਆਂ ਨੇ ਇਸੇ ਤਰ੍ਹਾਂ ਪਿਆਰ ਔਰ ਸਤਿਕਾਰ ਦੇ ਨਾਲ ਬੈਠੇ ਰਹਿਣਾ ਹੈ ਜੀ। ਬਸ ਇਹ ਤਾਂ ਬਹੁਤ ਅੱਛਾ ਪ੍ਰੋਗਰਾਮ ਹੈ, ਬਹੁਤ ਵੇਖਣ ਵਾਲਾ ਪ੍ਰੋਗਰਾਮ ਹੈ।
ਕਿਉਂਕਿ ਪਿਛਲੇ ਸਾਲ ਦੇ ਤੁਹਾਡੇ ਹੁਣੇ ਦੱਸ ਰਹੇ ਸੀਗੇ ਕਿ ਬਹੁਤ ਅੱਛਾ ਪ੍ਰੋਗਰਾਮ ਕੀਤਾ ਗਿਆ, ਇਸ ਸਾਲ ਦੇ ਬਹੁਤ ਅੱਛੇ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਸੇਵਾ ਦੇ ਵਿੱਚ ਤੁਹਾਡੀ ਦੇਸ਼ ਦੇ ਭਗਤ ਬਾਬਾ ਬੁੱਲੇ ਸ਼ਾਹ ਮੁਕਤਾਲ ਪਾਰਟੀ ਫਰੋਮ ਫਗਵਾੜਾ ਤੋਂ ਜ਼ੋਰ ਨਾਲ ਤਾੜੀ ਲਾ ਰਹੇ ਜੀ, ਫਿਰ ਸ਼ੁਰੂਆਤ ਕਰੀਏ ਸੁਣਾਓ ਜੀ। ਸਾਰੀਆਂ ਰਲ ਕੇ ਨੱਚ ਕੇ ਮੇਲੇ ਦੀ ਖੁਸ਼ੀ
ਸਾਂਝੀ ਕਰਨੀਆਂ। ਇੱਕ ਦੋ ਬੇਨਤੀਆਂ ਮੇਰੇ ਸਾਥੀ ਜਿੱਦਣ ਕਲਾਕਾਰ ਤਮਾਮ ਸੜਕਾਂ ਦੇ ਧਰਨਾ ਕਰਨੀਆਂ ਨੇ, ਕਿਰਪਾ ਕਰਕੇ ਗੌਰ ਕਰਿਓ, ਮੁਲਾਜ਼ਾ ਫਰਮਾਇਓ। ਸਭ ਤੋਂ ਪਹਿਲੀ ਬੇਨਤੀ, ਕੋਈ ਵੀ ਮੇਰਾ ਵੀਰ, ਮੇਰਾ ਬਜ਼ੁਰਗ, ਮੇਰਾ ਭਰਾ ਕਿਸੇ ਦੇ ਨਾਂ 'ਤੇ ਕੋਈ ਗਲਤ ਪੈਸੇ ਨਾ ਉਸ ਨਾ ਕਰਵਾਵੇ। ਜਿੰਨੇ ਪੈਸੇ ਦਿੱਤੇ ਜਾਣ ਪੀਰਾਂ ਮੀਰਾਂ ਦੇ ਨਾਤੇ, ਆਪਣੇ ਮਾਤਾ ਪਿਤਾ ਭੈਣ ਭਰਾ ਸਾਕ ਸੰਬੰਧੀ ਵੱਡੇ ਵਡੇਰੇ ਗੁਰੂਆਂ ਪੀਰਾਂ ਸਾਈਆਂ ਮੁਸ਼ਕਿਲਾਂ ਦੇ ਨਾਤੇ, ਮੇਲੇ ਵਾਲੀਆਂ ਸਰਕਾਰਾਂ ਦੇ ਨਾਤੇ ਇੱਥੇ ਆ ਕੇ ਦਿੱਤੇ ਜਾਣ। ਦੂਜੀ ਬੇਨਤੀ, ਪੰਡਾਲ ਦੇ ਵਿੱਚੋਂ ਕਿਸੇ ਅਸ਼ਲੀਲ ਗਾਣੇ ਦੀ ਫਰਮਾਇਸ਼ ਨਾ ਕੀਤੀ ਜਾਵੇ, ਕਿਉਂਕਿ ਸਾਡੇ ਵੱਲੋਂ 99% ਜਿਹੜਾ ਪ੍ਰੋਗਰਾਮ ਹੈ ਉਹ ਸੁਫੀਆਨਾ ਪੇਸ਼ ਕੀਤਾ ਜਾਂਦਾ ਹੈ, ਕਿਉਂਕਿ ਸਿਆਣੇ ਬਜ਼ੁਰਗ ਦੱਸਦੇ ਨੇ ਕਿੱਥੇ ਸਫਾਈ ਹੈ ਉੱਥੇ ਖੁਦਾਈ ਹੈ, ਕਿਤੇ ਸਫਾਈ ਨਹੀਂ ਉੱਥੇ ਫਿਰ ਖੁਦਾਈ ਵੀ ਨਹੀਂ। ਸਭ ਤੋਂ ਵੱਡੀ ਬੇਨਤੀ, ਅਹਿਮ ਬੇਨਤੀ, ਅਗਰ ਕਿਸੇ ਕੋਲ ਤੇਰੇ ਵਰਤਨ ਛੱਕਿਆ, ਕੋਈ ਨਸ਼ਾ ਪਾਣੀ ਖਾਧਾ ਪੀਤਾ, ਆਪਣੀ ਜਗ੍ਹਾ ਤੇ ਬੈਠ ਕੇ ਆਪਣੇ ਖਾਧੇ ਪੀਤੇ ਦਾ ਆਨੰਦ ਲਵੇ, ਡੇਰੇ ਦੀ ਹਦੂਦ ਤੋਂ ਬਾਹਰ ਬੈਠੇ ਇਸ ਪ੍ਰੋਗਰਾਮ ਨੂੰ ਸੁਣੇ, ਤੇ ਕਿਸੇ ਨੇ ਵੀ ਇਸ ਜਗ੍ਹਾ ਤੇ ਉੱਤਰ ਕੇ ਨੱਚਣ ਕੁੱਟਣ ਦੀ ਕੋਸ਼ਿਸ਼ ਨਹੀਂ ਕਰਨੀ, ਰੰਗ ਵਿੱਚ ਭੰਗ ਪਾ ਕੇ ਮੈਂ ਉਹਦੀ ਸ਼ਰਨ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਖੂਬੀ ਅੱਛੇ ਤਰੀਕੇ ਦੇ ਨਾਲ ਤਨ ਮਨ ਧਨ ਦੇ ਨਾਲ ਪੂਰੀ ਇਮਾਨਦਾਰੀ ਨਾਲ ਤੁਹਾਡੇ ਜੋੜਿਆਂ ਦੀ ਸੇਵਾ ਦਾਸ ਕਰਕੇ ਜਾਏਗਾ। ਜੋ ਛੋਟੀ ਜਿਹੀ ਤਾਲੀ ਦੇ ਨਾਲ ਤਵੱਜੋ ਦਿਓ, ਸੋ ਪ੍ਰੋਗਰਾਮ ਦੀ ਪਹਿਲੀ ਰਸਮ ਸ਼ੁਰੂ ਕਰਾਂਗੇ ਇੱਕ ਛੋਟੀ ਜਿਹੀ ਤਾਲੀ ਦੇ ਕੇ। ਅੱਲਾ ਸਲਾਮਤ ਰੱਖੇ ਤੁਹਾਡੇ ਸਾਰੇ, ਮੇਰੀ ਜ਼ਿੰਦਗੀ ਅੱਲਾ ਤੁਹਾਨੂੰ ਲਾ ਦੇ। ਤਬਲਾ ਖੋਲੋ ਜੀ, ਤਕਨੀਕ ਦਾ ਕੰਮ ਹੈ। ਇੱਕ ਵਾਇਰ ਵੀ, ਇੱਕ ਤਾਰ ਵੀ ਗਲਤ ਲੱਗ ਗਈ ਅਤੇ ਸਾਰਾ ਕੰਮ, ਸਾਰਾ ਸਿਸਟਮ ਜਿਹੜਾ ਖਰਾਬ ਹੋ ਜਾਣਾ। ਕੋਈ ਵੀ ਕੰਮ ਹੈ ਸਿਸਟਮ ਨਾਲ ਚੱਲਦਾ, ਜਿਹੜਾ ਸਿਸਟਮ ਤੋਂ ਬਾਹਰ ਹੋ ਜਾਵੇ ਉਹ ਫਿਰ ਖਿਚੜੀ ਬਣ ਜਾਂਦੀ। ਆਪਾਂ ਖਿਚੜੀ ਨਹੀਂ ਬਣਾਉਣੀ, ਆਪਾਂ ਸਿਸਟਮ ਦੇ ਪੈਰੇ ਦੇ ਅੰਦਰ ਲੈ ਕੇ ਜਿੰਨਾ ਵੀ ਕੰਮ ਕਰਨਾ ਹੈਗੀ ਹੈ, ਨਕਲਾਂ ਹੀ ਹੈ, ਪਰ ਇਹਦਾ ਢੰਗ, ਇਹਦਾ ਲਹਿਜ਼ਾ, ਇਹਦਾ ਤਰੀਕਾ ਕੁਛ ਵੱਖਰਾ ਹੈ। ਇਹ ਸੂਫੀਆਨਾ ਹੈ। ਸੂਫੀਆਨਾ ਕੀ ਹੁੰਦਾ ਉਹ ਤੁਸੀਂ ਜਾਣਦੇ ਹੋ। ਮੈਂ ਤਾਂ ਅਨਪੜ੍ਹ ਗਵਾਰ ਹੈ, ਜ਼ਾਹਿਰ ਹੈ, ਮੇਰਾ ਸ਼ੌਕ ਹੈ, ਕਿਸੇ ਗੱਲ ਦਾ ਪਤਾ, ਕਿਸੇ ਗੱਲ ਦਾ ਨਹੀਂ। ਕਿਆ ਬਾਤ ਹੈ, ਹਾਂਜੀ ਹੋ ਗਿਆ ਜੀ, ਅਗਲਾ ਕੋਈ।